ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਸੇਵੀ ਅੰਸਰਾਂ ਵਿਰੁੱਧ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ CIA ਸਟਾਫ ਹੁਸ਼ਿਆਰਪੁਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਦੌਰਾਨੇ ਗਸ਼ਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਨਜਾਇਜ਼ ਅਸਲਾ ਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ CIA ਸਟਾਫ ਹੁਸ਼ਿਆਰਪੁਰ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਬੀਤੇ ਦਿਨ CIA ਸਟਾਫ ਦੇ ਅਧਿਕਾਰੀ ਮਹੇਸ਼ ਚੰਦਰ ਵੱਲੋਂ ਟਾਂਡਾ 'ਚ ਗਸ਼ਤ ਦੌਰਾਨ ਚੈਕਿੰਗ ਕੀਤੀ ਜਾ ਰਹੀ ਸੀ ਤੇ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ ਤਾਂ ਪੁਲਿਸ ਅਧਿਕਾਰੀ ਵੱਲੋਂ ਤੁਰੰਤ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਕਾਬੂ ਕੀਤੇ ਦੋਵਾਂ ਨੌਜਵਾਨਾਂ ਤੋਂ 2 ਪਿਸਟਲ 32 ਬੋਰ ਤੇ 10 ਜ਼ਿੰਦਾ ਕਾਰਤੂਸ ਬਰਾਮਦ ਹੋਏ। ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਲਾਲੀ ਅਤੇ ਨਿਤੀਸ਼ ਕੁਮਾਰ ਵਜੋਂ ਹੋਈ ਹੈ ਤੇ SHO ਸ਼ਿਵ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤੇ ਇਹਨਾਂ ਦੋਨਾਂ ਦੋਸ਼ੀਆਂ ਖਿਲਾਫ਼ ਟਾਂਡਾ ਦੇ ਸਰਕਾਰੀ ਕਾਲਜ 'ਚ ਜੋ ਪੜ੍ਹਾਈ ਕਰ ਰਹੇ ਨੇ ਇਹਨਾਂ ਦੇ ਕਾਲਜ ਦੇ ਵਾਈਸ ਪ੍ਰਧਾਨ ਵੀ ਨੇ। ਜਿਹੜਾ ਸਾਡੇ SSP ਸ਼੍ਰੀ ਨਵਜੋਤ ਸਿੰਘ ਮਾਹਲ ਜਿਹੜੇ ਹੁਸ਼ਿਆਰਪੁਰ SSP ਲੱਗੇ ਨੇ, ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਜਿਹੜੇ ਆ ਰੋਜ਼ਾਨਾ ਹੀ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਦੀ ਇੱਕ ਰੁਝੇਵਾਂ ਵੱਧਦਾ ਜਾ ਰਿਹਾ ਕਿ ਹਰ ਕੋਈ ਆਪਣੀ ਪਿਸਤੌਲ ਲੈ ਕੇ ਇੱਕ ਇਲੀਗਲ ਪਿਸਤੌਲ ਰੱਖ ਕੇ ਸਮਾਜ ਦੇ ਵਿੱਚ ਇੱਕ ਪੈਨਿਕ ਜਿਹੜੇ ਰੋਜ਼ ਹੀ ਫੈਲਾਉਂਦੇ ਆ। ਅਤੇ ਸਾਡੇ SSP ਸਾਹਿਬ ਦੇ ਦਿਸ਼ਾ ਨਿਰਦੇਸ਼ 'ਤੇ ਕੱਲ੍ਹ ਸਾਡੀ ਇੱਕ ਪੁਲਿਸ ਪਾਰਟੀ ਜਿਹੜੀ ਟਾਂਡਾ ਏਰੀਆ ਵਿੱਚ ਘੁੰਮ ਰਹੀ ਸੀ, ਜਿਨ੍ਹਾਂ ਦੀ ਅਗਵਾਈ ASI ਮਹੇਸ਼ ਚੰਦਰ ਕਰ ਰਿਹਾ ਸੀ। ਦੌਰਾਨੇ ਜਦੋਂ ਉਹਨਾਂ ਨੇ ਕੋਈ ਚੈਕਿੰਗ ਕਰ ਰਹੇ ਸੀ ਤਾਂ 2 ਨੌਜਵਾਨ ਜਿਹੜੇ ਆ ਮੋਟਰਸਾਈਕਲ 'ਤੇ ਆਏ ਆ, ਜਿਹੜੇ ਕਿ ਪੁਲਿਸ ਨੂੰ ਦੇਖ ਕੇ ਜਿਹੜੇ ਆ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਸਾਡੇ ਏਸ਼ੀਆ ਮਹੇਸ਼ ਚੰਦਰ ਦੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਜਦੋਂ ਕੀਤਾ ਤਾਂ ਨੌਜਵਾਨਾਂ ਨੂੰ ਚੈੱਕ ਕਰਨ 'ਤੇ ਉਹਨਾਂ ਕੋਲੋਂ ਦੋਨਾਂ ਕੋਲੋਂ ਜਿਹੜੇ ਆ ਉਹ 32 ਬੋਰ ਦੇ ਪਿਸਟਲ ਪਲੱਸ ਉਹਨਾਂ ਕੋਲ 10 ਕਾਰਟਰੇਜ ਜਿਹੜੇ ਆ ਉਹਨਾਂ ਕੋਲ ਬਰਾਮਦ ਹੋਇਆ। ਜਿਹੜਾ ਕਿ ਇੱਕ ਨੌਜਵਾਨ ਜਿਹੜਾ ਸੁਖਵਿੰਦਰ ਸਿੰਘ ਲਾਲੀ ਹੈ, ਇਹ ਵੀ ਕਾਲਜ 'ਚ ਪੜ੍ਹਦਾ, ਜਿਹਦੀ ਉਮਰ 21 ਸਾਲ ਹੈ, ਅਤੇ ਇੱਕ ਨੌਜਵਾਨ ਜਿਹੜਾ ਮੁੰਡਾ ਨਿਤੀਸ਼ ਕੁਮਾਰ ਜਿਹੜਾ ਲਾਲੀ, ਇਹ ਹੈਗਾ ਆ ਸਰਾਂ ਪਿੰਡ ਦਾ ਰਹਿਣ ਵਾਲਾ, ਇਹ ਵੀ 19 ਸਾਲ ਦਾ ਉਹ ਮੁੰਡਾ। ਅਤੇ ਇਹਨਾਂ ਦੀ ਚੈੱਕ ਕਰਨ ਤੋਂ ਬਾਅਦ ਜਿਹੜੇ ਸਾਨੂੰ ਇਹਨਾਂ ਦੇ ਕੋਲੋਂ ਪਿਸਟਲ ਜਿਹੜੇ ਮਿਲੇ ਆ ਬਰਾਮਦ ਹੋਏ ਜੀ। ਸਰ ਸੁਖਵਿੰਦਰ ਸਿੰਘ ਲਾਲੀ ਕੋਈ ਪ੍ਰਧਾਨ ਵੀ ਹੈ ਸਰ? ਜਿਹੜੇ ਕਾਲਜ ਪੜ੍ਹਦੇ ਆ ਪ੍ਰਧਾਨਗੀ ਇਹਦੇ ਕੋਲ ਹੈ। ਅਤੇ ਸਰ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗਰਾਊਂਡ ਨਹੀਂ? ਹਜੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗਰਾਊਂਡ ਕੋਈ ਨਹੀਂ ਹੈ, ਲੇਕਿਨ ਇਹ ਸ਼ੁਰੂਆਤ ਹੀ ਸੀਗੀ। ਸ਼ੁਰੂਆਤ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਜਿਹੜਾ ਇੱਥੇ ਇਹਨਾਂ ਦੀ ਜਿਹੜੀ ਬੈਡ ਕੰਪਨੀ ਜਿਹੜੀ ਇਹਨਾਂ ਅਟੈਂਡ ਕੀਤੀ ਆ, ਉਹਨਾਂ ਨੂੰ ਅਸੀਂ ਦਵਾਇਆ ਗਿਆ। ਸਰ ਆਮ ਤੌਰ 'ਤੇ ਦੇਖਿਆ ਜਾਂਦਾ ਵੀ ਵੈਪਨਸ ਫੜੇ ਜਾਂਦੇ ਆ, ਉਸ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ, ਪਰ ਇਹਨਾਂ ਦੀ ਪਿਛੋਕੜ ਨਹੀਂ ਪਤਾ ਕੀਤਾ ਜਾਂਦਾ ਵੀ ਕਿੱਥੋਂ ਲਿਆਂਦੇ ਜਾਂਦੇ। ਲੱਗਦਾ ਵੀ ਤੁਸੀਂ ਇਹਦੇ ਪਿਛੋਕੜ ਤੱਕ ਜਾਓਗੇ? ਬਿਲਕੁਲ ਜੀ, ਸਾਡੇ ਜਿਹੜੇ SSP ਨਵਜੋਤ ਸਿੰਘ ਮਾਹਲ 'ਚ ਲੱਗੇ ਨੇ, ਜਿੰਨੇ ਵੀ ਅੱਜ ਤੱਕ ਉਹਨੇ ਇੱਥੇ ਕੇਸ ਦਿੱਤੇ, ਅਸੀਂ ਪਿਛੋਕੜ ਤੱਕ ਹੀ ਗਏ ਹਾਂ। ਔਰ ਕਾਫੀ ਤੁਹਾਨੂੰ ਇੱਥੇ ਦੱਸਿਆ ਗਿਆ, ਅਸੀਂ ਜਿਹੜੇ ਵੈਪਨ ਦੇ ਸਪਲਾਇਰ ਹੈ ਉਹਨਾਂ ਨੂੰ ਵੀ ਅਸੀਂ ਕਾਬੂ ਕੀਤਾ, ਪਹਿਲਾਂ ਵੀ ਕੀਤਾ ਅਤੇ ਹੁਣ ਵੀ ਕਰਾਂਗੇ। ਇਹਨਾਂ ਵਿੱਚ ਸਾਹਮਣੇ ਆਇਆ ਵੀ ਕਿੱਥੋਂ ਖਰੀਦੇ ਸੀ? ਬਿਲਕੁਲ ਜੀ, ਇਹਨਾਂ 'ਚ ਵੀ ਸਾਹਮਣੇ ਇੱਕ ਹਰਪ੍ਰੀਤ ਨੌਜਵਾਨ ਦਾ ਨਾਮ ਮੁੰਡਾ ਆ, ਉਹਦਾ ਅਸੀਂ ਘਰੇ ਰੇਡ ਕੀਤਾ, ਉਹ ਘਰੋਂ ਇਸ ਵੇਲੇ ਭੱਜਿਆ ਆ, ਲੇਕਿਨ ਅਸੀਂ ਉਹਨੂੰ ਜ਼ਰੂਰ ਫੜਾਂਗੇ ਜੀ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।